ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਆਪਾਂ ਡੋਰ ਲੈ ਕੇ ਆਏ ਹਾਂ ਮੋਨੋਫਿਲ ਇਕੱਲਾ ਮੋਨੋਫਿਲ ਅਤੇ ਮੋਨੋਫਿਲ ਗੋਲਡ ਮੋਨੋਫਿਲ ਗੋਲਡ ਦੀ ਦੇਖ ਲਓ ਨਵੀਂ ਪੈਕਿੰਗ ਆ ਅਤੇ ਡੋਰ ਆ ਪੂਰੀ ਓਰਿਜਨਲ ਹੋਲੋਗ੍ਰਾਮ ਤੁਸੀਂ ਦੇਖ ਸਕਦੇ ਸਟੈਂਪ ਦੇਖ ਲਓ ਪੂਰੀ ਗੋਲਡਨ ਕਲਰ ਦੀ ਸਟੈਂਪ ਆ ਇਹਦੇ ਉੱਪਰ ਓਰਿਜਨਲ ਇਹਦਾ ਸਾਈਨ ਇਹੀ ਆ ਹੈ ਨਾ ਬਾਕੀ ਮੈਂ ਹੁਣੇ ਤੁਹਾਨੂੰ ਖੋਲ੍ਹ ਕੇ ਦਿਖਾਉਂਦਾ ਹਾਂ ਇਹ ਡੋਰ ਅਤੇ ਇਹ ਡੋਰ ਇਹਦਾ ਬਾਕੀ ਆਪਾਂ ਜਿਹੜਾ ਕਾਈਟ ਜਦੋਂ ਆਪਾਂ ਉਡਾਵਾਂਗੇ ਹੈ ਨਾ ਚੜਾਵਾਂਗੇ ਗੁੱਡੀ ਇਹਦਾ ਰਿਵਿਊ ਆਪਾਂ ਦੇਵਾਂਗੇ ਪਿੰਡ ਜਾ ਕੇ ਕਿਉਂਕਿ ਇਹ ਮੈਂ ਡੋਰ ਹੁਣ ਲਈ ਆ ਮੋਹਾਲੀ ਤੋਂ ਅਤੇ ਮੈਂ ਤੁਹਾਨੂੰ ਪਹਿਲੇ ਆਪਾਂ ਖੋਲ੍ਹਦੇ ਹਾਂ ਮੋਨੋਫਿਲ ਇਕੱਲਾ ਦਿਖਾਉਂਦੇ ਹਾਂ ਕਿਵੇਂ ਦੀ ਡੋਰ ਆ ਅਤੇ ਕਲਰ ਇਹਦਾ ਹੈਗਾ ਆ ਤੁਹਾਨੂੰ ਹੋਰ ਵੀ ਮੈਂ ਚੀਜ਼ਾਂ ਦੱਸੂੰਗਾ ਕਿਹੜੀ ਕਿਹੜੀ ਚੀਜ਼ ਤੋਂ ਪਤਾ ਲੱਗਦਾ ਆ ਕਿ ਓਰਿਜਨਲ ਆ ਹੈ ਨਾ ਆਪਾਂ ਡੋਰ ਦੇਖ ਕੇ ਆਏ ਹਾਂ ਠੀਕ ਆ ਅਤੇ ਉਹਦੇ ਵਿੱਚ ਡੁਪਲੀਕੇਟ ਵੀ ਸੀਗੇ ਇਹਦੇ ਵਿੱਚ ਡੁਪਲੀਕੇਟ ਵੀ ਆ ਡੁਪਲੀਕੇਟ ਦੇ ਉੱਪਰ ਨਾ ਆਹ ਵਾਲੀ ਮੋਰ ਨਹੀਂ ਹੋਊਗੀ ਠੀਕ ਆ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਡੁਪਲੀਕੇਟ ਵੀ ਦੋਨੋਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ ਮਾਰਕੀਟ ਵਿੱਚ ਬਾਕੀ ਤੁਸੀਂ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਉੱਥੋਂ ਪੁੱਛੋ ਦੁਕਾਨ ਤੋਂ ਹੈ ਨਾ ਵੀ ਓਰਿਜਨਲ ਚਾਹੀਦਾ ਸਾਨੂੰ ਜਾਂ ਡੁਪਲੀਕੇਟ ਕਿਉਂਕਿ ਤੁਹਾਨੂੰ ਡੁਪਲੀਕੇਟ ਦੇ ਦੇਣਗੇ ਬਿਨਾਂ ਪੁੱਛੇ ਤੋਂ ਹੀ ਅਤੇ ਪੈਸੇ ਉਨੇ ਲੈ ਲੈਣਗੇ ਠੀਕ ਆ ਇਹਦਾ ਤੰਦ ਆ ਗਿਆ ਅਤੇ ਹਾਂਜੀ ਇਕਦਮ ਡੋਰ ਆ ਵਧੀਆ ਆ ਪੂਰੀ ਸਮੂਥ ਆ ਡੋਰ ਹੈ ਨਾ ਵਧੀਆ ਆ ਸਹੀ ਆ ਬਾਕੀ ਗੁੱਡੀ ਗੱਡੀ ਚੜ੍ਹਾ ਕੇ ਦੇਖਾਂਗੇ ਵੀ ਕਿੱਦਾਂ ਆ ਸਟ੍ਰੈਚ ਵੀ ਹੁੰਦੀ ਆ ਡੋਰ ਸਟ੍ਰੈਚ ਹੁੰਦੀ ਆ ਟੁੱਟ ਛੇਤੀ ਗਈ ਯਾਰ ਹੈ ਨਾ ਹੁਣ ਬਾਕੀ ਗੁੱਡੀ ਚੜ੍ਹਾ ਕੇ ਆਵੇਖ ਸਟ੍ਰੈਚ ਹੋਣ ਡੀ ਆ ਪੂਰੀ ਪੂਰੀ ਸਟ੍ਰੈਚ ਕਰਕੇ ਫਿਰ ਡੋਰ ਟੁੱਟਣ ਡੀ ਆ ਬਾਕੀ ਦੇਖੋ ਕੀ ਪਤਾ ਲੱਗਦਾ ਹੁਣ ਲੋਹੜੀ 'ਤੇ ਕਿੱਦਾਂ ਹੈ ਨਾ ਅੱਗੇ ਚੜ੍ਹਾਵਾਂਗੇ ਥੋੜ੍ਹੀ ਦੇਰ ਨਾ ਕਲਰ ਵੀ ਇਹਦਾ ਫੇਟ ਹੋਇਆ ਪਿਆ ਆ ਵਿੱਚੋਂ ਵਿੱਚੋਂ ਮੈਨੂੰ ਲੱਗਦਾ ਇਹ ਗੱਟੂ ਸਾਨੂੰ ਮਿਲ ਗਿਆ ਪੁਰਾਣਾ ਚਲੋ ਕੋਈ ਗੱਲ ਨਹੀਂ ਆਪਾਂ ਰਿਵਿਊ ਕਰਨਾ ਸੀਗਾ ਰਿਵਿਊ ਕਰਤਾ ਆ ਆਪਾਂ ਹੁਣ ਰਿਵਿਊ ਕਰਦੇ ਹਾਂ ਮੋਨੋਫਿਲ ਗੋਲਡ ਦਾ ਮੋਨੋਫਿਲ ਗੋਲਡ ਪੈਕਿੰਗ ਵਧੀਆ ਸੋਹਣੀ ਆ ਪੈਕਿੰਗ ਇੱਕ ਚੀਜ਼ ਮੈਂ ਇਹਦੇ 'ਤੇ ਤੁਹਾਨੂੰ ਹੋਰ ਦਿਖਾਉਣੀ ਸੀਗੀ ਇਹਦੇ 'ਤੇ ਨਹੀਂ ਇਹ ਸਾਈਡ ਨਹੀਂ ਹੈ ਨਾ ਇਹ ਸਾਈਡ ਇੱਕ ਇਹ ਓਪਨ ਵੀ ਹੁੰਦਾ ਆ ਇੱਦਾਂ ਠੀਕ ਆ ਇੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਇਹ ਵੀ ਚੀਜ਼ ਆ ਅਤੇ ਆਪਾਂ ਦੂਜੀ ਸਾਈਡ 'ਤੇ ਮੈਂ ਤੁਹਾਨੂੰ ਦਿਖਾਉਂਦਾ ਵਾਂ ਓਰਿਜਨਲ ਦੀ ਜਿਹੜੀ ਹੈਗੀ ਆ ਪਹਿਚਾਣ ਆਹ ਦੇਖੋ ਮੋਨੋਫਿਲ ਇੱਥੇ ਵੀ ਲਿਖਿਆ ਹੋਇਆ ਠੀਕ ਆ ਇਹ ਚੀਜ਼ਾਂ ਆਪਾਂ ਨੋਟ ਕਰਨੀਆਂ ਜਦੋਂ ਲੈਣ ਜਾਣੀ ਡੋਰ ਇੱਦਾਂ ਇੱਦਾਂ ਟੋਹ ਕੇ ਦੇਖ ਲਓ ਇੱਦਾਂ ਆਖੋ ਸਾਫ਼ ਪਤਾ ਲੱਗਣਾ ਨਾ ਬਾਹਰ ਵੀ ਪਤਾ ਲੱਗਣ ਡਿਆ ਚਲੋ ਮੋਨੋਫਿਲ ਗੋਲਡ ਆ ਗਿਆ ਆਪਣਾ ਅਤੇ ਵਧੀਆ ਚੀਜ਼ ਆ ਇਹ ਵੀ ਪੈਕਿੰਗ ਬੜੀ ਸੋਹਣੀ ਮੈਨੂੰ ਖਾਸ ਕਰਕੇ ਲੱਗੀ ਇਹ ਡੋਰ ਘੈਂਟ ਆ ਇਹਦੇ ਨਾਲੋਂ ਇਹ ਬੈਸਟ ਆ ਅਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਆਪਾਂ ਬਾਕੀ ਤੁਹਾਨੂੰ ਗੁੱਡੀ ਵੀ ਚੜ੍ਹਾ ਕੇ ਦੱਸਾਂਗੇ ਹੈ ਨਾ ਇਹ ਬਿਲਕੁਲ ਨਵੀਂ ਪੈਕਿੰਗ ਆ ਬਿਲਕੁਲ ਆ ਦੇਖੋ ਇਹਦਾ ਤੰਦ ਵੀ ਇੱਥੇ ਲੱਭ ਗਿਆ ਆਪਾਂ ਨੂੰ ਨਾਲ ਹੀ ਬਿਲਕੁਲ ਨਵੀਂ ਡੋਰ ਆ ਖੋਲ੍ਹਣੀ ਪੈਣੀ ਮੂੰਹ ਨਾ ਇੱਕ ਮਿੰਟ ਹਾਂ ਖੁੱਲ੍ਹ ਗਈ ਹਾਂ ਦੇਖੋ ਲਾਗੇ ਕਰਕੇ ਦਿਖਾ ਪਤਾ ਲੱਗਿਆ ਨਾ ਡੋਰ ਦਾ ਕਲਰ ਵੀ ਵਧੀਆ ਡੋਰ ਦਾ ਅਤੇ ਇੱਕਦਮ ਸ਼ਾਈਨ ਕਾਂਡੀ ਕੱਚ ਵੀ ਹੈਗਾ ਆ ਉੱਪਰ ਐਂ ਵਧੀਆ ਵੀ ਪੂਰੀ ਸਟ੍ਰੈਚ ਹੁੰਦੀ ਆ ਡੋਰ ਆ ਮੈਨੂੰ ਜ਼ਿਆਦਾ ਟਾਈਮ ਲੱਗਾ ਛੁੱਟਦੇ ਆ ਬਾਕੀ ਹੁਣ ਪਤਾ ਲੱਗੂਗਾ ਗੁੱਡੀ ਚੜ੍ਹਾ ਕੇ ਇਹਦੇ ਨਾਲ ਨਾ ਭਾਰੇ ਗੁੱਡਾ ਵਾਰਾ ਖਾਂਦੇ ਆ ਇਹਦੇ ਨਾਲ ਠੀਕ ਆ ਇਹ ਵਾਲੀ ਡੋਰ ਨਾਲ ਭਾਰੇ ਗੁੱਡੇ ਵਾਰਾ ਖਾਂਦੇ ਆ ਬਾਕੀ ਛੋਟੇ ਗੁੱਡੇ ਇਹਦੇ ਨਾਲ ਵੀ ਆਪਾਂ ਚੜ੍ਹਾ ਸਕਦੇ ਹਾਂ ਬਾਕੀ ਦੇਖੋ ਇਹਦੇ ਵੀ ਤੁਹਾਨੂੰ ਦਿਖਾਉਂਦਾ ਆ ਹੋਲੋਗ੍ਰਾਮ ਕਿੱਥੇ ਗਿਆ ਆਹ ਦੇਖੋ ਇਹਦੇ 'ਤੇ ਵੀ ਸਟੈਂਪ ਹੋਈ ਪਈ ਆ ਨਾ ਮੋਨੋਫਿਲ ਠੀਕ ਆ ਇਹ ਡੋਰ ਜਿਹੜੀ ਆ ਇਹ ਥੋੜ੍ਹੀ ਕੋਸਟਲੀ ਆ ਇਹ ਥੋੜ੍ਹੀ ਸਸਤੀ ਆ ਠੀਕ ਆ ਬਾਕੀ ਆਹ ਚੀਜ਼ਾਂ ਦਾ ਧਿਆਨ ਰੱਖ ਲਿਓ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਬਾਕੀ ਤੁਸੀਂ ਬਾਕੀ ਸਾਰਿਆਂ ਨੂੰ ਹੈਪੀ ਲੋਹੜੀ ਐਡਵਾਂਸ ਵਿੱਚ ਅਤੇ ਬਾਕੀ ਗੁੱਡੇ ਆਪਾਂ ਚੜ੍ਹਾਵਾਂਗੇ ਜਦੋਂ ਉਹਦਾ ਵੀ ਵਲੋਗ ਸ਼ੇਅਰ ਕਰ ਦਾਂਗੇ ਆਪਾਂ ਅਤੇ ਜ਼ਰੂਰ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਕਮੈਂਟ ਵਿੱਚ ਦੱਸਿਓ ਅਤੇ ਜੇ ਕਿਸੇ ਨੇ ਪਰਚੇਜ਼ ਕਰਨੇ ਆ ਅਤੇ ਮੈਨੂੰ ਮੈਸੇਜ ਨਾ ਕਰਿਓ ਮੇਰਾ ਭਰਾ ਮੈਂ ਨਹੀਂ ਦੱਸ ਸਕਦਾ ਮੈਂ ਕਿੱਥੋਂ ਲੈ ਕੇ ਆਇਆ ਕਿਉਂਕਿ ਮੈਂ ਇਸ ਟਾਈਮ ਮੋਹਾਲੀ ਹਾਂ ਅਤੇ ਮੋਹਾਲੀ ਤੋਂ ਲਏ ਆ ਤਾਂ ਆਪਾਂ ਜਦੋਂ ਬਟਾਲੇ ਜਾਵਾਂਗੇ ਉਦੋਂ ਗੁੱਡੀਆਂ ਗੱਡੀਆਂ ਚੜ੍ਹਾਵਾਂਗੇ ਫਿਰ ਤੁਹਾਨੂੰ ਰਿਵਿਊ ਸ਼ੇਅਰ ਕਰਾਂਗੇ ਤੁਹਾਡੇ ਨਾਲ ਓਕੇ ਡਨ ਥੈਂਕ ਯੂ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ